ਕਿਵੇਂ ਇਸ ਗੱਲ ਦਾ ਯਕੀਨ ਕਰ ਲਿਆ ਜਾਵੇ ਕਿ ਗੁਰਕੌਰ ਸਹੀ ਕਹਿ ਰਹੀ ਆ ਤੇ ਉਹਦੀ ਸਸ ਝੂਠ ਬੋਲ ਰਹੀ ਆ ਮੈਂ ਇੰਸਟਾਗ੍ਰam ਗੁਰਕੌਰ ਦਾ ਹੈਗਾ ਮੈਂ ਉਹਨੂੰ ਖੋਲਿਆ ਮੈਨੂੰ ਵੈਸੇ ਪਰਸਨਲੀ ਇਹਦਾ ਕੁਝ ਲੱਗਿਆ ਨਹੀਂ ਹੈਗਾ ਕਿ ਉਹਦੇ ਨਾਲ ਕਿ ਇਸ ਤਰੀਕੇ ਦਾ ਹੈਗਾ ਜਿਹੜਾ ਧੱਕਾ ਕੀਤਾ ਜਾਂਦਾ ਹੋਏਗਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰੇ ਦੇਖਦੇ ਨੇ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਜਿੱਦਾਂ ਦੀ ਖਬਰਾਂ ਆਉਂਦੇ ਨੇ ਕਿਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਇਹ ਸਾਰੇ ਪੱਲੀ ਪਾਤੀ ਜਾਣਦੇ ਨੇ ਜਿਸ ਤਰੀਕੇ ਦੇ ਨਾਲ ਹਰ ਦਿਨ ਹਰ ਕੁਝ ਘੰਟਿਆਂ ਦੇ ਬਾਅਦ ਕੁਛ ਨਾ ਕੁਛ ਨਿਕਲਦਾ ਰਹਿੰਦਾ ਹੈ ਇਹ ਸਾਰੇ ਭਲੀ ਭਾਤੀ ਜਾਣੇ ਦੇ ਜਾਨਤਰ ਯਾਨੀ ਪਿੰਡਾਂ ਦੇ ਵਿੱਚੋਂ ਜ਼ਿਆਦਾ ਖਬਰਾਂ ਨਿਕਲ ਕੇ ਆਉਂਦੀਆਂ ਨੇ ਸੋ ਬਿੱਤੇ ਦਿਨੇ ਆਪਾਂ ਇੱਕ ਵੀਡੀਓ ਦੇਖੀ ਸੀ ਧਮਕਵੇਸ ਵਾਲੇ ਮੁੱਖ ਮੰਤਰੀ ਸੀ ਨਾਲ ਹੀ ਇੱਕ ਸੋਸ਼ਲ ਮੀਡੀਆ ਤੇ ਗੁਰਕੌਰ ਦਾ ਮਸਲਾ ਬੜਾ ਛਾਇਆ ਹੋਇਆ ਹੈ ਜਿਸ ਤਰੀਕੇ ਦੇ ਨਾਲ ਕੁੜੀ ਦੇ ਨਾਲ ਉਹਨਾਂ ਨੇ ਆਪਣਾ ਇੱਕ ਪੋਡਕਾਸਟ ਵੀ ਕੀਤਾ ਸੀ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ ਆਪਨੇ ਸੱਸ ਤੇ ਇਲਜ਼ਾਮ ਲਗਾਏ ਮਾਮਾ ਸੋਹਰਾ ਤੇ तमाम ਇਲਜ਼ਾਮ ਲਗਾਏ ਤਾਂ ਬਹੁਤ ਸਾਰੇ ਹੁਣ ਉਹਨਾਂ ਵੱਲੋਂ ਵੀ ਵੀਡੀਓ ਨਿਕਲ ਕੇ ਸਾਹਮਣੇ ਆਈਆਂ ਨੇ ਸੋ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਅਤੇ ਕੁੜੀਆਂ ਦੇ ਨਾਲ ਹਮੇਸ਼ਾ ਹੱਕ ਦੇ ਨਾਲ ਖੜਨ ਦੇ ਲਈ ਅਤੇ ਉਹਨਾਂ ਦੇ ਜੇ ਕੁਝ ਵੀ ਕਿਤੇ ਨਜਾਇਜ਼ ਹੁੰਦਾ ਹੈ ਤਾਂ ਹਮੇਸ਼ਾ ਕੁੜੀਆਂ ਦੇ ਲਈ ਲੜਦੇ ਨੇ ਉਹਨਾਂ ਦੇ ਲਈ ਸਮਾਜ ਦੇ ਵਿੱਚ ਖੜਦੇ ਨੇ ਸੋ ਸਾਡੇ ਨਾਲ ਹਰਦੀਪ ਕੌਰ ਵਿਰਕ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਮਾਮ ਚਰਚਾਵਾਂ ਕਰਾਂਗੇ ਇਸੇ ਮੁੱਦੇ ਤੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸੋਨੂ ਜੀ ਐਂਡ ਨਾਲਦੀ ਨਾਲਾ ਸਤਰੰਗ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਬਹੁਤ ਬੜੀ ਹੈ ਮੈਮ ਹਰ ਹਰਦੀ ਮੈਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਹਮੇਸ਼ਾ ਹੀ ਔਰਤਾਂ ਦੇ ਹੱਕ ਦੇ ਲਈ ਖੜਦੇ ਹੋ ਹਮੇਸ਼ਾ ਹੀ ਕੁੜੀਆਂ ਜਿਸ ਤਰ੍ਹਾਂ ਸਮਾਜ ਦੇ ਵਿੱਚ ਜੋ ਵੀ ਚੱਲਦਾ ਹੈ ਉਹਨਾਂ ਦੇ ਹਮੇਸ਼ਾ ਹੀ ਤੁਸੀਂ ਨਾਲ ਖੜਦੇ ਹੋ ਜਿਸ ਤਰੀਕੇ ਦੇ ਨਾਲ ਹੁਣ ਗੁਰਕੌਰ ਦਾ ਮਸਲਾ ਚੱਲ ਰਿਹਾ ਹੈ ਯਾਨੀ ਜਿਸ ਤਰ੍ਹਾਂ ਉਹਨਾਂ ਦੀ ਇੱਕ ਵੀਡੀਓ ਨਿਕਲ ਕੇ ਆਈ ਸੀ ਕਹਿੰਦੇ ਕਿ ਉਹਨਾਂ ਨਾਲ ਕੁੱਟਮਾਰ ਹੋਈ ਉਹਨਾਂ ਦੇ ਸਹੁਰਾ ਪਰਿਵਾਰ ਵੱਲੋਂ ਤੁਸੀਂ ਵੀ ਵੀਡੀਓ ਦੇਖੀ ਆ ਨਾ ਤੇ ਹੁਣ ਸਹੁਰਾ ਪਰਿਵਾਰ ਵੱਲੋਂ ਵੀਡੀਓ ਸਾਹਮਣੇ ਨਿਕਲ ਕੇ ਆਈ ਹੈ ਉਸ ਮਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਉਹਨੂੰ ਦੇਖੋ ਜੇ ਮੈਂ ਆਪਣੇ ਡੈਜ਼ਿਗਨੇਸ਼ਨ ਵਾਈਜ਼ ਲੈ ਕੇ ਚੱਲਾ ਇਹਨਾਂ ਚੀਜ਼ਾਂ ਨੂੰ ਇੱਕ ਪਾਸੇ ਮੈਂ ਪੱਤਰਕਾਰ ਆ ਤੇ ਦੂਜੇ ਪਾਸੇ ਸਾਡੀ ਸੰਸਥਾ ਚੱਲਦੀ ਹੈ ਦਿਸ਼ਾ ਊਮਨ ਵੈਲਫੇਅਰ ٹرسٹ ਤੇ ਬਤੌਰ ਪੱਤਰਕਾਰ ਮੇਰਾ ਫਰਜ਼ ਬੰਦਾ ਹੈ ਕਿ ਮੈਂ ਇਸ ਮਾਮਲੇ ਨੂੰ ਪੂਰੀ ਨਿਰਪੱਖਤਾ ਦੇ ਨਾਲ ਦੇਖਾਂ ਤੇ ਨਾਲ ਦੀ ਨਾਲ ਜਦੋਂ ਅਸੀਂ ਦਿਸ਼ਾ ਊਮਨ ਵੈਲਫੇਅਰ ٹرسٹ ਦੀ ਗੱਲ ਕਰਦੇ ਆ ਤੇ ਉੱਥੇ ਵੀ ਅਜਿਹਾ ਨਹੀਂ ਆ ਕਿ ਅਸੀਂ ਸਿਰਫ ਤੇ ਸਿਰਫ ਹਰ ਜਗ੍ਹਾ ਤੇ ਔਰਤ ਨੂੰ ਹੀ ਸਹੀ ਦਰਸਾ ਦਈਏ ਤੇ ਅਸੀਂ ਮਰਦ ਜਿਹੜੇ ਸਾਡੇ ਸਮਾਜ ਦੇ ਵਿੱਚ ਹੈਗੇ ਨੇ ਜਿਹੜੇ ਸਾਡੇ ਨਾਲ ਸਾਡੇ ਵੀਰ ਖੜੇ ਹੈਗੇ ਨੇ ਉਹਨਾਂ ਨੂੰ ਹਰ ਜਗ੍ਹਾ ਤੇ ਅਸੀਂ ਗਲਤ ਦਰਸਾ ਦਈਏ ਅਜੇ ਨਹੀਂ ਆ ਤੁਸੀਂ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਹੈਗਾ ਗੁਰਕੌਰ ਦਾ ਵੈਸੇ ਮੈਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਸ ਦੇ ਵਿੱਚੋਂ ਜਿਹੜਾ ਹੈਗਾ ਗੋ ਥਰੂ ਨਹੀਂ ਹੋਈ ਮਾਮਲੇ ਦੇ ਵਿੱਚੋਂ ਪਰ ਜਿੰਨਾ ਕ ਮਾਮਲੇ ਨੂੰ ਦੇਖਿਆ ਜਿਸ ਤਰੀਕੇ ਨਾਲ ਗੁਰਕੌਰ ਸੋਸ਼ਲ ਮੀਡੀਆ ਦੇ ਉੱਤੇ ਹੁੰਦੀ ਆ ਗੱਲ ਕਹਿੰਦੀ ਆ ਕਿ ਮੇਰੇ ਨਾਲ ਜਿਹੜਾ ਹੈਗਾ ਧੱਕਾ ਕੀਤਾ ਜਾ ਰਿਹਾ ਹੈ ਉਹਦੀਆਂ ਗੱਲਾਂ ਦੇ ਉੱਤੇ ਉਹ ਚਪੇੜ ਦੇ ਜਿਹੜੇ ਨਿਸ਼ਾਨ ਨੇ ਅਸੀਂ ਸਾਰਿਆਂ ਨੇ ਦੇਖੇ ਦੀ ਜੀ ਪਹਿਲੀ ਗੱਲ ਕੋਈ ਵੀ ਇਨਸਾਨ ਚਾਹੇ ਉਹ ਪੁਰਸ਼ਾ ਚਾਹੇ ਉਹ ਤਿਮੀਆਂ ਕਿਸੇ ਦੇ ਉੱਤੇ ਵੀ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਹਿੰਸਕ ਕਿਸੇ ਵਾਰਦਾਤ ਨੂੰ ਜਨਮ ਦੇਣਾ ਗਲਤ ਹੈ ਗੁਰਕੌਰ ਦੇ ਜਿਹੜੇ ਸੋਹਰਾ ਪਰਿਵਾਰ ਆ ਜੇਕਰ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਉਹਨੂੰ ਮਾਰਿਆ ਗਿਆ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਤੇ ਕਾਰਵਾਈ ਕਰਨੀ ਬਣਦੀ ਹੈ ਕਿਉਂਕਿ ਕਿੰਨਾ ਵੀ ਕੋਈ ਗਲਤ ਕਰ ਲੇ ਜੇਕਰ ਕੋਈ ਗਲਤ ਕਰ ਰਿਹਾ ਹੈਗਾ ਤੁਹਾਡੇ ਨਾਲ ਕਿਸੇ ਵੀ ਤਰੀਕੇ ਦੀ ਹੋਣੀ ਜੇਕਰ ਕੋਈ ਗੁਰਕੌਰ ਨੇ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਤੇ ਉਹਦੇ ਲਈ ਕੋਰਟ ਕਚੈਰੀਆਂ ਪੁਲਿਸ ਆਣੇ ਹੈਗੇ ਨੇ ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਕਿਉਂ ਲੈਂਦੇ ਹੋ ਤੁਹਾਨੂੰ ਕਿਹਨੇ ਇਹ ਅਧਿਕਾਰ ਦੇ ਦਿੱਤਾ ਕਿ ਤੁਸੀਂ ਕਿਸੇ ਦੀ ਧੀ ਦੇ ਉੱਤੇ ਜਿਹੜਾ ਹੈਗਾ ਥੱਪ ਧਰੋ ਠੀਕ ਹੈ ਜੇਕਰ ਇਹ ਗੱਲ ਉਹਨਾਂ ਦੀ ਮੰਨ ਵੀ ਲਈ ਜਾਵੇ ਕਿ ਗੁਰਕੌਰ ਕਿਤੇ ਗਲਤ ਕਰ ਰਹੀ ਸੀ ਤਾਂ ਉਹਦੇ ਲਈ ਉਹਦੇ ਪੇਰੈਂਟਸ ਨਾਲ ਗੱਲ ਕਰਦੇ ਜਾਂ ਸਮਾਜ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜਦੋਂ ਪਿੰਡਾਂ ਦੀ ਗੱਲ ਆ ਜਾਂਦੀ ਹੈ ਤਾਂ ਪੰਚਾਇਤ ਪੁਲਾਈ ਜਾਂਦੀ ਆ ਤੁਸੀਂ ਪੰਚਾਇਤ ਨੂੰ ਬੁਲਾ ਲਓ ਤੁਸੀਂ ਆਪਣੇ ਕੇਸ ਨੂੰ ਥਾਣੇ ਦੇ ਵਿੱਚ ਜਿਹੜਾ ਹੈਗਾ ਇੱਕ ਐਪਲੀਕੇਸ਼ਨ ਦੇ ਦਿਓ ਤੁਸੀਂ ਕੋਰਟ ਕਚਹਿਰੀ ਦਾ ਜਿਹੜਾ ਹੈਗਾ ਰੁਕ ਕਰ ਲਓ ਕੀ ਥੱਪੜ ਦੇ ਨਾਲ ਹੀ ਸਮਝਾਇਆ ਜਾ ਸਕਦਾ ਹੈਗਾ ਕਿਸੇ ਨੂੰ ਸਮਝਾਉਣ ਦਾ ਜਿਹੜਾ ਜਾਂ ਕਿਸੇ ਨੂੰ ਰੋਕਣ ਦਾ ਤਰੀਕਾ ਕੀ ਸਿਰਫ ਥੱਪੜ ਹੈ ਇਹ ਮਤਲਬ ਬਹੁਤ ਹੀ ਘਨਾਉਣੀ ਗੱਲ ਹੈ ਤਿੰਨਿੰਦਨਯੋਗ ਆ ਅਜਿਹਾ ਨਹੀਂ ਹੋਣਾ ਚਾਹੀਦਾ ਗੁਰਕੌਰ ਨੇ ਹੋਰ ਵੀ ਇਲਜ਼ਾਮ ਲਗਾਏ ਨੇ ਆਪਣੇ ਮਾਮੇ ਸਹੁਰੇ ਤੇ ਕਿ ਜਿਹੜੀ ਉਹਨਾਂ ਦੀ ਸੱਸ ਹੈ ਉਸਨੇ ਇਹ ਗੱਲ ਆਖੀ ਸੀ ਕਿ ਮੇਰੇ ਯਾਨੀ ਭਰਾ ਦੇ ਨਾਲ ਯਾਨੀ ਸਰੀਰਕ ਸੰਬੰਧ ਬਣਾਉਣ ਬਾਰੇ ਗੱਲ ਹੋਈ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸੱਸ ਕਿ ਉਹਨਾਂ ਨੂੰ ਇਹ ਗੱਲ ਕਰ ਰਹੀ ਹੈ ਕਿ ਮੇਰੇ ਭਰਾ ਦੇ ਨਾਲ ਯਾਨੀ ਸਰੀਰਕ ਜਿੱਦਾਂ ਆਪਾਂ ਸ਼ਬਦ ਬੋਲਦੇ ਆਂ ਕਿ ਐਦਾਂ ਦੇ ਕਹਿ ਰਹੇ ਸੀ ਗੁਰਕੌਰ ਜੀ ਜਦੋਂ ਜਦੋਂ ਅਸੀਂ ਇਸ ਮਾਮਲੇ ਦੀ ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ ਦੇਖਦੇ ਆ ਨਾ ਇਹਦੀ ਤਾਹਾਂ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਇੰਸਟਾਗ੍ਰam ਗੁਰਕੌਰ ਦਾ ਹੈਗਾ ਮੈਂ ਉਹਨੂੰ ਖੋਲਿਆ ਕੰਘਾਲਿਆ ਤੇ ਮੈਨੂੰ ਵੈਸੇ ਅ ਪਰਸਨਲੀ ਇਹਦਾ ਕੁਝ ਲੱਗਿਆ ਨਹੀਂ ਹੈਗਾ ਕਿ ਉਹਦੇ ਨਾਲ ਕਿ ਇਸ ਤਰੀਕੇ ਦਾ ਹੈਗਾ ਜਿਹੜਾ ਧੱਕਾ ਕੀਤਾ ਜਾਂਦਾ ਹੋਈਗਾ ਵੈਸੇ ਅਸੀਂ ਸਾਡੇ ਅੱਜ ਦੇ ਸਮਾਜ ਦੀ ਗੱਲ ਕਰ ਲਈਏ ਜਦੋਂ ਅਸੀਂ ਸਾਡੇ ਅੱਜ ਦੇ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਲੋਕਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਆ ਹੋੜ ਲੱਗੀ ਹੋਈ ਆ ਚੰਗੀਆਂ ਮੰਦੀਆਂ ਅ ਬੁਰੀਆਂ ਕਿਸੇ ਵੀ ਤਰੀਕੇ ਦੀਆਂ ਜਿਹੜੀਆਂ ਰੀਲਾਂ ਪਾ ਕੇ ਤੇ ਆਪਣੇ ਫਾਲੋਅਰਸ ਵਧਾਉਣੇ ਕਿ ਜਿਹੜਾ ਹੈਗਾ ਮੈਨੂੰ ਲੋਕੀ ਫਾਲੋ ਕਰਨ ਤੇ ਮੈਨੂੰ ਉਹਦੇ ਤੋਂ ਇੰਸਟਾਗ੍ਰਾਮ ਤੋਂ ਜਾਂ ਫੇਸਬੁੱਕ ਤੋਂ ਜਾਂ YouTube ਤੋਂ ਜਿਹੜੀ ਹੈਗੀ ਕੋਈ ਨਾ ਕੋਈ ਇਨਕਮ ਉਹਨੀ ਸ਼ੁਰੂ ਹੋ ਜੇ ਹੁਣ ਕਈ ਵੀਡੀਓਜ਼ ਜਿਹੜੀਆਂ ਉਹਦੇ ਵਿੱਚ ਇਸ ਤਰੀਕੇ ਦੀਆਂ ਵੀ ਹੈਗੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੰਦੀਆਂ ਹੋਈਆਂ ਨਹੀਂ ਜਾਪਦੀਆਂ ਹੁਣ ਜੇਕਰ ਗੁਰਕੌਰ ਨੇ ਇਹ ਗੱਲ ਕਹੀ ਆ ਕਿ ਉਹਦੇ ਚਾਚਾ ਸਹੁਰੇ ਦੇ ਨਾਲ ਉਹਦੀ ਆਪਣੀ ਹੀ ਸੱਸ ਨੇ ਉਹਨੂੰ ਜਿਹੜਾ ਹੈਗਾ ਇੰਟੀਮੇਟ ਹੋਣ ਦੇ ਲਈ ਕਿ ਆਏਗਾ ਸੌਰੀ ਮੈਂ ਕਹਿੰਦਾ ਚਾਚਾ ਸਹੁਰਾ ਨਹੀਂ ਮਾਮਾ ਸਹੁਰਾ ਯਾਨੀ ਸੱਸ ਦਾ ਸਗਾਪਰਾ ਕੋਈ ਵੀ ਰਿਸ਼ਤੇਦਾਰ ਹੈ ਜਿਹਦੇ ਨਾਲ ਜਿਹੜਾ ਹੈਗਾ ਇਸ ਤਰੀਕੇ ਨਾਲ ਜਿਹੜਾ ਹੈਗਾ ਰਿਲੇਸ਼ਨ ਬਣਾਉਂਦੀ ਜੇਕਰ ਗੱਲ ਕਹੀ ਹੈਗੀ ਤਾਂ ਉਹ ਨਾ ਤਾਂ ਤੁਹਾਨੂੰ ਪਤਾ ਏ ਇਲਜ਼ਾਮ ਕੋਈ ਵੀ ਕਿਸੇ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਲਾ ਸਕਦਾ ਹੈਗਾ ਪਰ ਗੁਰਕੌਰ ਨੇ ਜੇਕਰ ਇਹ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਗੱਲ ਕਹੀ ਆ ਤਾਂ ਕੀ ਉਸਨੇ ਕੋਈ ਜਿਹੜੇ ਨੇ ਪੁਖਤਾ ਸਬੂਤ ਜਿਹੜੇ ਸਾਹਮਣੇ ਰੱਖੇ ਨੇ ਕਿਵੇਂ ਇਸ ਗੱਲ ਦਾ ਯਕੀਨ ਕਰ ਲਿਆ ਜਾਵੇ ਕਿ ਗੁਰਕੌਰ ਸਹੀ ਕਹਿ ਰਹੀ ਆ ਤੇ ਉਹਦੀ ਸੱਸ ਝੂਠ ਬੋਲ ਰਹੀ ਆ ਜਾਂ ਫਿਰ ਇਹ ਅਸੀਂ ਕਿਵੇਂ ਇਸ ਗੱਲ ਦਾ ਫੈਸਲਾ ਕਰ ਲਈਏ ਕਿ ਉਹਦੀ ਸੱਸ ਸਹੀ ਆ ਤੇ ਗੁਰਕੌਰ ਗਲਤ ਹੈ ਦੋਹਾਂ ਹੀ ਚੀਜ਼ਾਂ ਜਿਹੜਾ ਬੜਾ ਮਾਮਲਾ ਨਾ ਪੇਚੀਦਾ ਹੋ ਜਾਂਦਾ ਹੈਗਾ ਕਿਉਂਕਿ ਇਲਜ਼ਾਮ ਕਿਸੇ ਦੇ ਉੱਤੇ ਵੀ ਲਾਉਣਾ ਕਿਸੇ ਵੀ ਬੰਦੇ ਦੇ ਲਈ ਬੜਾ ਸੁਖਾਲਾ ਹੋ ਜਾਂਦਾ ਹੈ ਹਾਂ ਔਖਾ ਕੀ ਹੋ ਜਾਂਦਾ ਹੈ ਔਖਾ ਇਹ ਹੁੰਦਾ ਹੈ ਕਿ ਉਸ ਚੀਜ਼ ਨੂੰ ਉਸ ਸਚਾਈ ਨੂੰ ਤੁਸੀਂ ਵਾਕਈ ਜਿਹੜਾ ਸਮਾਜ ਦੇ ਅੱਗੇ ਤਰਖੋ ਹਰ ਹੋ ਸਕਦਾ ਹੈ ਉਹ ਗਲਤ ਵੀ ਹੋਵੇ ਉਹਦਾ ਯਾਨੀ ਜਿਹੜਾ ਮਾਮਾ ਸੋਹ ਰਿਹਾ ਕਿਉਂਕਿ ਅੱਜ ਸਮਾਜ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਧੀ ਦੇ ਨਾਲ ਬਾਪ ਗਲਤ ਕਰ ਰਿਹਾ ਇੱਕ ਭੈਣ ਦੇ ਨਾਲ ਭਰਾ ਜੋ ਸਮਾਜ ਦੇ ਵਿੱਚ ਚੱਲ ਰਿਹਾ ਉਹ ਤਾਂ ਉਹਦਾ ਮਾਮਾ ਸੋਹ ਰਿਹਾ ਹੋ ਸਕਦਾ ਕਿਤੇ ਨਾ ਕਿਤੇ ਉਹ ਸੱਚ ਵੀ ਬੋਲਦੀ ਹੋਵੇ ਸੋਨੂੰ ਸਾਡੇ ਸਮਾਜ ਦੇ ਵਿੱਚ ਬਹੁਤ ਕੁਝ ਅਜਿਹਾ ਘਟ ਵਾਪਰ ਰਿਹਾ ਹੈ ਇਹ ਤਾਂ ਅਸੀਂ ਫੇਰ ਗੱਲ ਕਹਿ ਦਿੰਦੇ ਆ ਕਿ ਮਾਮੇ ਸੌਰੀ ਵਾਲਾ ਇੱਕ ਰਿਸ਼ਤਾ ਆ ਜਾਂਦਾ ਸਾਡੇ ਸਾਹਮਣੇ ਸਮਾਜ ਦੇ ਵਿੱਚ ਅਜਈਆਂ ਵੀ ਬੇਅੰਤ ਜਿਹੜੀਆਂ ਨੇ ਘਟਨਾਵਾਂ ਆਈਆਂ ਨੇ ਜਿੱਥੇ ਪਿਓ ਦੇ ਵੱਲੋਂ ਆਪਣੀ ਸਕੀਤੀ ਦੇ ਨਾਲ ਅਜਿਹੇ ਕਿਸੇ ਕੁਕਰਮ ਨੂੰ ਜਿਹੜਾ ਗਏ ਅੰਜਾਮ ਦਿੱਤਾ ਗਿਆ ਮੇਰੀ ਹਾਲੀ ਦੇ ਵਿੱਚ ਇੱਕ ਮੈਂ ਪੁਸਤਕ ਲਿਖੀ ਹੈਗੀ ਸ਼ਮਸ਼ਾਨ ਘਟ ਸੌ ਗਿਆ ਉਹਦੇ ਵਿੱਚ ਬਕੂਬੀ ਮੈਂ ਨਾ ਸਾਰੀਆਂ ਕਟਨਾਵਾਂ ਦਾ ਵਰਣਨ ਕੀਤਾ ਕਿਉਂਕਿ ਮੇਰੇ ਕੋਲ ਅੰਗਿੰਤ ਕੁੜੀਆਂ ਆਉਂਦੀਆਂ ਨੇ ਆਪਣੀਆਂ ਕਹਾਣੀਆਂ ਦੱਸਦੀਆਂ ਨੇ ਰੋਂਦੀਆਂ ਨੇ ਉਹਨਾਂ ਦੇ ਸਰੀਰ ਦੇ ਉੱਤੇ ਪਏ ਹੋਏ ਜਿਹੜੇ ਉਹ ਜ਼ਖਮਾਂ ਦੇ ਨਿਸ਼ਾਨ ਨੇ ਉਹ ਬਹੁਤ ਕੁਝ ਜਿਹੜਾ ਹੈਗਾ ਬਿਆਨ ਕਰ ਦਿੰਦੇ ਨੇ ਤੇ ਇਸ ਲਈ ਇਸ ਚੀਜ਼ ਤੋਂ ਅਸੀਂ ਇਨਕਾਰੀ ਵੀ ਨਹੀਂ ਹੋ ਸਕਦੇ ਕਿ ਉਸ ਦੀ ਸੱਸ ਨੇ ਕਿਹਾ ਹੋ ਸਕਦਾ ਏ ਲੇਕਿਨ ਜਿੰਨੀ ਦੇ ਸਾਡੇ ਕੋਲ ਕੋਈ ਪੁਖਤਾ ਪ੍ਰੂਫ ਸਾਡੇ ਸਾਹਮਣੇ ਨਹੀਂ ਹੈ ਤੇ ਅਸੀਂ ਗੁਰਕੌਰ ਨੂੰ ਵੀ ਜਿਹੜਾਗਾ ਸਹੀ ਨਹੀਂ ਠਹਿਰਾ ਸਕਦੇ ਕਿ ਨਹੀਂ ਉਹਦੇ ਨਾਲ ਇਹ ਚੀਜ਼ ਹੋਈ ਹੋਏਗੀ ਜੇਕਰ ਗੁਰਕੌਰ ਇਹ ਕਹਿੰਦੀ ਹੈ ਤਾਂ ਉਹਨੂੰ ਉਹਦੀ ਜਿਹੜੀ ਅਸਲੀਅਤ ਆ ਉਹਦੇ ਜਿਹੜੇ ਪੁਖਤਾ ਸਬੂਤ ਨੇ ਕੋਈ ਰਿਕਾਰਡਿੰਗ ਹੋਵੇ ਜਾਂ ਫਿਰ ਇਸ ਤਰੀਕੇ ਦੇ ਨਾਲ ਉਹਦੇ ਨਾਲ ਕੋਈ ਧੱਕਾ ਕੀਤਾ ਗਿਆ ਹੋਵੇ ਉਹ ਚੀਜ਼ ਉਹਨੂੰ ਲਿਆ ਕੇ ਦਿਖਾਉਣੀ ਪੈਗੀ ਹਾਂ ਫਿਰ ਅਸੀਂ ਕਹਿ ਦਿੰਨੇ ਆ ਕਿ ਉਹ ਜੀ ਅਗੀ ਕੋਈ ਉਹ ਰਿਕਾਰਡਿੰਗ ਕਿਵੇਂ ਲਿਆਵੇ ਉਹਨੂੰ ਕਿਹੜਾ ਪਹਿਲਾਂ ਤੋਂ ਪਤਾ ਸੀ ਜਦੋਂ ਕਿਸੇ ਵੀ ਧੀ ਦੇ ਨਾਲ ਕੁਝ ਮਾੜਾ ਵਾਪਰ ਰਿਹਾ ਹੁੰਦਾ ਨਾ ਤਾਂ ਅੱਜ ਕੱਲ ਦਾ ਮੈਨੂੰ ਲੱਗਦਾ ਸਾਡੀਆਂ ਜਿਹੜੀਆਂ ਕੁੜੀਆਂ ਹੈਗੀਆਂ ਨੇ ਬੜੀਆਂ ਸਿਆਣੀਆਂ ਹੋ ਗਈਆਂ ਨੇ ਖਾਸ ਕਰਕੇ ਜਿਹੜੀਆਂ ਗੁਰਕੌਰ ਵਰਗੀਆਂ ਕੁੜੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਇੰਸਟਾਗ੍ਰam ਦੇ ਉੱਤੇ ਰੀਲ ਪਾਣੀ ਆ ਜਿਹੜੀਆਂ ਆਪ ਡਰਾਈਵਿੰਗ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਸਕਦੀਆਂ ਨੇ ਤੇ ਉਹਨਾਂ ਤੋਂ ਅਸੀਂ ਇਹ ਚੀਜ਼ ਦੀ ਯਾ ਮਤਲਬ ਉਮੀਦ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜੇਕਰ ਮੇਰੇ ਨਾਲ ਕਿਤੇ ਕੁਝ ਵਾਪਰਿਆ ਆਏਗਾ ਤਾਂ ਉਹਨੂੰ ਉਹਨਾਂ ਨੇ ਕਾਊਂਟਰ ਕਿਵੇਂ ਕਰਨਾ ਹੈਗਾ ਉਹਦੇ ਜਿਹੜੇ ਸਬੂਤ ਕਿਵੇਂ ਸੰਭਾਲ ਕੇ ਰੱਖਣੇ ਨੇ ਜੇਕਰ ਤੁਸੀਂ ਗੁਰਕੌਰ ਦੀ ਇੰਟਰਵਿਊ ਕਰਨ ਲਈ ਜਾਓ ਤੇ ਮੈਂ ਤੁਹਾਨੂੰ ਇੱਕ ਵਾਰੀ ਵੈਸੇ ਤਾਕੀਦ ਕਰਾਂਗੀ ਇੱਕ ਵਾਰੀ ਬੇਨਤੀ ਵੀ ਕਰਾਂਗੀ ਕਿ ਜੇਕਰ ਤੁਸੀਂ ਮੇਰੀ ਇੰਟਰਵਿਊ ਕਰਨ ਤੋਂ ਪਹਿਲਾਂ ਜੇਕਰ ਉਹਦੀ ਇੰਟਰਵਿਊ ਕੀਤੀ ਹੁੰਦੀ ਨਾ ਤੇ ਕਿਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਸਾਨ ਹੋ ਜਾਣੀਆਂ ਸੀ ਗੁਰਕੌਰ ਕੋਰ ਤੁਸੀਂ ਜ਼ਰੂਰ ਜਾਓ ਤੇ ਉਹਦੇ ਤੋਂ ਜਿਹੜੇ ਪੁਖਤਾ ਸਬੂਤ ਨੇ ਉਹ ਜ਼ਰੂਰ ਮੰਗੋ ਤਾਂ ਤੁਸੀਂ ਗੱਲ ਕੀਤੀ ਐ ਸੀ ਕੋਸ਼ਿਸ਼ ਕੀਤੀ ਆ ਉਹਦੇ ਘਰਦਿਆਂ ਦੇ ਨਾਲ ਗੱਲਬਾਤ ਕਰਨ ਦੀ ਪਰ ਉਹਨਾਂ ਦੇ ਘਰ ਦੇ ਸਮਾਂ ਨਹੀਂ ਦੇ پا ਰਹੇ ਹੈਗੇ ਯਾਨੀ ਨਾ ਉਹਨਾਂ ਨੇ ਗੁਰਕੌਰ ਨਾਲ ਸਾਡੀ ਯਾਨੀ ਗੱਲਬਾਤ ਕਰਾਉਣ ਦਾ ਮੌਕਾ ਦਿੱਤਾ ਅਸੀਂ ਅੱਜ ਵੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਸਾਨੂੰ ਸਮਾਂ ਦਿਓ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਸਹੁਰੇ ਪਰਿਵਾਰ ਦੀ ਹੁਣ ਵੀਡੀਓ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਸੱਸ ਨੇ ਕਿਹਾ ਕਿ ਇਹ ਇਲਜ਼ਾਮ ਸਾਰਾ ਸਰ ਗਲਤ ਲਗਾਏ ਜਾ ਰਹੇ ਨੇ ਕਿ ਅਸੀਂ ਗੁਰਦੁਆਰੇ ਚੜਨ ਨੂੰ ਤਿਆਰ ਹਾਂ ਕਿ ਉਹ ਇਹ ਵੀ ਗੱਲਾਂ ਹੋ ਰਹੀਆਂ ਨੇ ਕਹਿੰਦੇ ਕਿ ਗੁਰਕੌਰ ਹੈ ਉਹ ਸੋਸ਼ਲ ਮੀਡੀਆ ਦੇ ਵਿੱਚ ਅੱਗੇ ਆਣਾ ਚਾਹੁੰਦੀ ਹੈ ਇਹ ਸਾਰਾ ਕੁਝ ਬਦਨਾਮ ਸਾਨੂੰ ਕਰਨ ਵਾਸਤੇ ਕਰ ਰਹੀ ਹੈ ਸੋਨੂ ਜੀ ਇੱਕ ਔਰਤ ਆਪਣੇ ਪਰਿਵਾਰ ਦੀ ਰੀਡ ਦੀ ਹੱਡੀ ਹੁੰਦੀ ਹੈ ਚਾਹੇ ਮੈਂ ਗੁਰਕੌਰ ਦੀ ਗੱਲ ਕਰਲਾਂ ਚਾਹੇ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦੀ ਗੱਲ ਕਰਲਾਂ ਮੈਂ ਦੋਨਾਂ ਨੂੰ ਹੀ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਆਪਣੇ ਵੱਲੋਂ ਖਾਸ ਤੌਰ ਤੇ ਕਿਉਂਕਿ ਜਦੋਂ ਅਸੀਂ ਕਹਿੰਦੇ ਕਿ ਅਸੀਂ ਔਰਤਾਂ ਦੀ ਭਲਾਈ ਦੇ ਲਈ ਇੱਕ ਟਰਸਟ ਚਲਾ ਰਹੇ ਹਾਂ ਤੇ ਸਾਡੇ ਕੋਲ ਬਿਆਨਤ ਕੇਸ ਐਸੀ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਮਤਲਬ ਕਾਉਂਸਲਿੰਗ ਦਾ ਜਿਹੜਾ ਹੈਗਾ ਕੰਮ ਵੀ ਕਰਦੇ ਹਾਂ ਉਹਨਾਂ ਕੁੜੀਆਂ ਨੂੰ ਸਮਝਾਉਣ ਦੇ ਲਈ ਤੇ ਮੈਂ ਆਪਣੇ ਵੱਲੋਂ ਬੇਨਤੀ ਦੋਹਾਂ ਹੀ ਤਰ੍ਹਾਂ ਨੂੰ ਜ਼ਰੂਰ ਕਰਾਂਗੀ ਕਿ ਜਿਸ ਤਰੀਕੇ ਦਾ ਇਹ ਖਲਾਰਾ ਪੂਰਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹੈ ਨਾ ਉਹ ਚੰਗਾ ਨਹੀਂ ਆ ਕਿਉਂਕਿ ਕਹਿੰਦੇ ਨੇ ਕਿ ਜਦੋਂ ਘਰ ਦਾ ਰੋਲਾ ਬਾਹਰ ਆ ਜਾਈ ਜਦੋਂ ਘਰ ਦਾ ਰੋਲਾ ਪੰਚਾਇਤ ਦੇ ਵਿੱਚ ਆ ਜਾਈ ਤੇ ਉਹਦੇ ਵਿੱਚ ਜਿਹੜੀ ਹੈਗੀ ਬਦਨਾਮੀ ਜ਼ਰੂਰੀ ਨਹੀਂ ਇਹ ਲੋਕੀ ਬਾਅਦ ਵਿੱਚ ਦੇਖਦੇ ਨੇ ਠੀਕ ਕੌਣਾ ਗਲਤ ਕੌਣਾ ਚਸਕੇ ਲੈਂਦੇ ਨੇ ਸਾਡਾ ਸਮਾਜ ਅਜਾਇਜ ਹਨ ਸੁਆਦ ਲੈਣਾ ਸ਼ੁਰੂ ਕਰ ਦਿੰਦਾ ਹੈਗਾ ਸੋ ਜ਼ਰੂਰੀ ਇਹ ਹੈ ਕਿ ਜੇਕਰ ਘਰ ਦਾ ਮਸਲਾ ਹੈ ਜੇਕਰ ਘਰ ਦੇ ਵਿੱਚ ਹੀ ਨਿਬੜ ਜਾਵੇ ਨਾ ਤਾਂ ਹਲੇ ਵੀ ਥੋੜਾ ਜਿਹਾ ਸੋਚ ਵਿਚਾਰ ਕਰਕੇ ਮਾਤਾ ਜੀ ਵੱਡੇ ਨੇ ਬਜ਼ੁਰਗ ਨੇ ਉਹਨਾਂ ਨੂੰ ਥੋੜੀ ਜੀ ਵਡੱਪਣ ਦਿਖਾਉਣਾ ਚਾਹੀਦਾ ਹੈ ਕਿਤੇ ਨਾ ਕਿਤੇ ਪਿਆਰ ਦੇ ਨਾਲ ਗੁਰਕੌਰ ਨੂੰ ਆਪਣੇ ਕੋਲ ਬੁਲਾਉਣ ਸਮਝਾਉਣ ਦੀਏ ਕਹਿ ਕੇ ਕਿਉਂਕਿ ਜੇਕਰ ਇੱਕ ਗਲਤੀ ਅੱਜ ਤੁਹਾਡੀ ਨੌ ਕਰ ਰਹੀ ਆ ਮੈਂ ਮੰਨ ਲੈਂਨੀ ਆ ਕਿ ਜੇਕਰ ਉਹਨੇ ਕੋਈ ਗਲਤੀ ਕੀਤੀ ਆ ਜੇਕਰ ਏਸੀ ਹੀ ਜਗ੍ਹਾ ਤੇ ਉਹਨਾਂ ਦੀ ਆਪਣੀ ਬੇਟੀ ਹੁੰਦੀ ਆਪਣੀ ਧੀ ਹੁੰਦੀ ਤਾਂ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਪ੍ਰੋਪਰਲੀ ਇਹ ਸਾਰੀਆਂ ਗੱਲਾਂ ਕਹਿ ਰਹੇ ਹੋ ਤੁਸੀਂ ਕਹਿ ਪਾਉਂਦੇ ਉਸੇ ਹੀ ਤਰੀਕੇ ਗੁਰਕੌਰ ਕੀ ਜਿਸ ਤਰੀਕੇ ਦਾ ਰਵਈਆ ਤੁਸੀਂ ਆਪਣੇ ਸੱਸ ਸਹੁਰੇ ਦੇ ਲਈ ਰੱਖ ਰਹੇ ਹੋ ਆਪਣੇ ਸਹੁਰੇ ਪਰਿਵਾਰ ਦੇ ਲਈ ਰੱਖ ਰਹੇ ਹੋ ਇਸੇ ਤਰੀਕੇ ਦਾ ਰਵਈਆ ਤੁਸੀਂ ਆਪਣੇ ਪਰਿਵਾਰ ਲਈ ਰੱਖ ਸਕਦੇ ਸੀ ਸੋ ਇਹ ਜਿਹੜੀ ਹੈਗੀ ਸਮਝ ਬੇहद لازਮੀ ਹੈ ਤੇ ਦੋਹਾਂ ਹੀ ਧਿਰਾਂ ਨੂੰ ਥੋੜਾ ਜਿਹਾ ਠੰਡਾ ਪੈ ਕੇ ਨਰਮ ਪੈ ਕੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਜ਼ਰੂਰ ਹੈ ਕਿ ਜੇਕਰ ਇੱਕ ਧਿਰ ਜਿਹੜਾ ਹੈਗਾ ਅਸੀਂ ਕਹਿ ਦਈਏ ਕਿ ਫਾਲੋਅਰਸ ਵਧਾਉਣਾ ਚਾਹੁੰਦੀ ਆ ਉਹਦੇ ਫਾਲੋਅਰਸ ਵਧ ਜਾਣਗੇ ਦੂਜੀ ਧਿਰ ਜੇਕਰ ਲੋਕਾਂ ਦੀ ਹਮਦਰਦੀ ਬਟੋਰਨੀ ਚਾਹੁੰਦੀ ਆ ਤੇ ਉਹ ਹਮਦਰਦੀ ਬਟੋਰ ਲੈਣਗੇ ਪਰ ਆਖਿਰਕਾਰ ਨੁਕਸਾਨ ਪਰਵਾਰਦਾ ਹੈ ਪਰ ਹਮਦਰਦੀ ਦੀ ਤੁਸੀਂ ਗੱਲ ਕੀਤੀ ਆ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਪਰ ਕਿਤੇ ਨਾ ਕਿਤੇ ਉਹਨਾਂ ਦਾ ਥੱਪੜ ਵੱਜਿਆ ਉਹ ਵੀ ਝੂਠ ਨਹੀਂ ਸੀ ਮੈਂ ਤੁਹਾਨੂੰ ਉਹੀ ਸੋਨੂੰ ਕਹਿ ਰਹੀ ਆ ਕਿ ਥੱਪੜ ਵੱਜਿਆ ਸਾਨੂੰ ਦਿਖਾਈ ਦਿੱਤਾ ਤੇ ਉਹਦੀ ਮੈਂ ਨਿੰਦਾ ਕਰਦੀ ਆ ਮੈਂ ਵਾਰ-ਵਾਰ ਇਹੀ ਗੱਲ ਕਹਿ ਰਹੀ ਆ ਕਿ ਬੇहद ਨਿੰਦਨਜੋ ਕਾਰਵਾਈ ਆ ਸਾਡੇ ਪਰਿਵਾਰ ਦੇ ਵਿੱਚ ਜਦੋਂ ਕੋਈ ਬੱਚਾ ਕੋਈ ਗਲਤੀ ਕਰਦਾ ਹੈ ਤਾਂ ਪੇਰੈਂਟਸ ਮਾਰ ਦਿੰਦੇ ਨੇ ਪਰ ਅੱਜ ਕੱਲ ਜਿਹੜੇ ਬੱਚੇ ਨਹੀਂ ਸੁਣਦੇ ਹੈਗੇ ਪਰ ਪਹਿਲੇ ਸਮਿਆਂ ਦੇ ਵਿੱਚ ਆਪਾਂ ਵੀ ਪੜੇ ਆ ਲਿਖੇ ਆ ਤੇ ਸਾਡੇ ਪੇਰੈਂਟਸ ਕਿਸੇ ਵੀ ਗੱਲ ਦੇ ਲਈ ਸਾਨੂੰ ਮਾਰ ਦਿੰਦੇ ਸੀ ਉਹ ਸਮਾਂ ਕੁਝ ਹੋਰ ਸੀ ਪਰ ਜੇਕਰ ਹੁਣ ਅਸੀਂ ਸਾਡੇ ਮੌਜੂਦਾ ਸਮਾਜ ਦੀ ਗੱਲ ਕਰਦੇ ਆ ਨਾ ਤਾਂ ਕੋਈ ਵੀ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਉਹ ਇਹ ਸੁਣ ਕੇ ਰਾਜੀ ਨਹੀਂ ਆ ਕੋਈ ਵੀ ਜਿਹੜਾ ਥੱਪੜ ਤਾਂ ਫਿਰ ਬਹੁਤ ਵੱਡੀ ਗੱਲ ਹੋ ਜਾਂਦੀ ਆ ਹਨਾ ਸੋ ਉਹ ਉਹਨਾਂ ਦੀ ਗਲਤੀ ਆ ਜੇਕਰ ਉਹਨਾਂ ਨੇ ਥੱਪੜ ਮਾਰਿਆ ਹੈ ਉਹਨਾਂ ਦੀ ਸੱਸ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਤੁਸੀਂ ਇਸ ਤਰੀਕੇ ਦਾ ਜੇਕਰ ਸ਼ਲੋਕ ਇੱਕ ਬੱਚੇ ਦੇ ਉੱਤੇ ਆਪਣੀ ਨੌ ਦੇ ਉੱਤੇ ਹੱਥ ਚੁੱਕਦੇ ਆ ਤਾਂ ਫਿਰ ਤੁਸੀਂ ਉਹਦੇ ਤੋਂ ਉਮੀਦ ਕੀ ਕਰੋਗੇ ਮम्मी ਸੋਰੀ ਨੇ ਥੱਪੜ ਮਾਰਿਆ ਸੀ ਸਤਕਾਰ ਮम्मी ਸੋਰੀ ਨੇ ਥੱਪੜ ਮਾਰਿਆ ਸੀ ਬਿਲਕੁਲ ਕਿਸੇ ਨੇ ਵੀ ਮਾਰਿਆ ਕਿਉਂਕਿ ਕਹਿੰਦੇ ਨੇ ਸਤਕਾਰ ਦਿੱਤੇ ਤੇ ਸਤਕਾਰ ਬੰਦਾ ਹੈ ਹੈਨਾ ਜੇ ਕਿਸੇ ਨੂੰ ਤੁਸੀਂ ਸਤਕਾਰ ਦੋਗੇ ਤਾਂ ਤੁਹਾਨੂੰ ਸਤਕਾਰ ਮਿਲੇਗਾ ਇੱਕ ਨ ਕੁਦਰਤ ਦਾ ਨਿਜ਼ਮ ਹੈ ਕੋਈ ਵੀ ਚੀਜ਼ ਚਾਹੇ ਉਹ ਪਿਆਰ ਹੈ ਚਾਹੇ ਉਹ ਨਫ਼ਰਤ ਹੈ ਚਾਹੀ ਉਹ ਮੁਹੱਬਤ ਹੈ ਚਾਹੀ ਉਹ ਦਾਨ ਹੈ ਚਾਹੀ ਉਹ ਪੈਸਾ ਹੈ ਚਾਹੀ ਉਹ ਬੋਲਬਾਣੀ ਹੈ ਚਾਹੀ ਅਸੀਂ ਕਿਸੇ ਦੇ ਨਾਲ ਜਿਹੜਾ ਕੋਈ ਵਿਵਹਾਰ ਕਰਦੇ ਹਾਂ ਜਿੰਨਾ ਚੰਗਾ ਉਹ ਵਿਵਹਾਰ ਹੋਏਗਾ ਜਿੰਨਾ ਜ਼ਿਆਦਾ ਅਸੀਂ ਵੰਡ ਲਾਂਗੇ ਉਹ ਓਨਾ ਹੀ ਜ਼ਿਆਦਾ ਵਧੇਗਾ ਜੇਕਰ ਅਸੀਂ ਕਿਸੇ ਦੇ ਨਾਲ ਨਫ਼ਰਤ ਕਰਾਂਗੇ ਤਾਂ ਦੂਜੀ ਧਿਰ ਦੇ ਵਿੱਚ ਸੁਭਾਵਿਕਾ ਉਹ ਨਫ਼ਰਤ ਕਿਤੇ ਜ਼ਿਆਦਾ ਵਾੱਚੇਗੀ ਜੇ ਅਸੀਂ ਕਿਸੇ ਨੂੰ ਪਿਆਰ ਦੇ ਨਾਲ ਬੁਲਾਵਾਂਗੇ ਤੇ ਸੁਭਾਵਿਕਾ ਕਿਤੇ ਜ਼ਿਆਦਾ ਉਹ ਜਿਹੜਾ ਹੈਗਾ ਪਿਆਰ ਵਾੱਚੇਗਾ ਜੇ ਫਿਰ ਅਸੀਂ ਥੱਪੜ ਮਾਰਿਆ ਹਾਂ ਤੇ ਇਹ ਅਸੀਂ ਕਿਵੇਂ ਉਮੀਦ ਕਰ ਸਕਦੇ ਆ ਕਿ ਅਗਲਾ ਸਾਨੂੰ ਅੱਗੂ ਹੱਥ ਜੋੜ ਕੇ ਖੜ ਜੇਗਾ ਜੀਤ ਮੇਰੀ ਦੂਜੀ ਗਲਤੀ ਵੀ ਮਾਰ ਦੋ ਇਦਾਂ ਤਾਂ ਨਹੀਂ ਨਾ ਹੋ ਸਕਦਾ ਜੇ ਤੁਸੀਂ ਥੱਪੜ ਮਾਰਿਆ ਤਾਂ ਪੱਥਰ ਫਿਰ ਤੁਹਾਨੂੰ ਵੀ ਖਾਣਾ ਪੈਣਾ ਤਿਆਰ ਰਹਿਣਾ ਪੈਣਾ ਹੈ ਇਸ ਲਈ ਇਹ ਜਿਹੜੀ ਸੋਚ ਜਿਹੜੀ ਹੈਗੀ ਆ ਜਿਹੜੀ ਸਮਝ ਆ ਇਹ ਬੇहद ਲਾਜ਼ਮੀ ਹੈ ਕਿ ਤੁਸੀਂ ਕਰ ਕੀ ਰਹੇ ਹੋ ਆਖਿਰਕਾਰ ਇਸ ਮਸਲੇ ਦੇ ਵਿੱਚ ਉਹਨਾਂ ਦੇ ਪਤੀ ਦੀ ਯਾਨੀ ਉਹਦੇ ਘਰ ਵਾਲੇ ਦੀ ਕੋਈ ਵੀਡੀਓ ਸਾਹਮਣੇ ਨਿਕਲ ਕੇ ਨਹੀਂ ਆਰੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਜੇ ਮਾਹੌਲ ਦੇ ਵਿੱਚ ਉਹਨਾਂ ਦੇ ਪਤੀ ਨੂੰ ਵੀ ਸਾਹਮਣੇ ਆਣਾ ਚਾਹੀਦਾ ਹੈ ਉਹ ਬਾਹਰ ਗਏ ਹੋਏ ਨੇ ਕਿ ਕਿ ਮੈਂ ਆਪਣੀ ਘਰ ਵਾਲੀ ਦੇ ਨਾਲ ਆ ਜਾਂ ਆਪਣੇ ਘਰ ਦੇ ਨਾਲ ਉਹਨਾਂ ਦੀ ਕੋਈ ਵੀਡੀਓ ਸਾਹਮਣੇ ਨਿਕਲ ਕੇ ਨਹੀਂ ਆ ਰਹੀ ਸੋ ਨੂੰ ਦੇਖੋ ਪਹਿਲੀ ਗੱਲ ਤਾਂ ਕਿਸੇ ਦਾ ਜਿਹੜਾ ਕੋਈ ਪਰਿਵਾਰਕ ਮਸਲਾ ਹੈਗਾ ਜਿੰਨੀ ਦੇਰ ਸਾਡੇ ਕੋਲ ਕੇਸ ਨਹੀਂ ਪਹੁੰਚਦਾ ਟਰਸਟ ਦੇ ਕੋਲ ਸਾਡਾ ਬੋਲਣ ਦਾ ਕੋਈ ਵੈਸੇ ਤਾਂ ਬੰਦਦਾ ਨਹੀਂ ਆ ਪਰ ਕਿਉਂਕਿ ਬਤੌਰ ਪੱਤਰਕਾਰ ਤੁਸੀਂ ਮੈਨੂੰ ਇੰਨਾ ਹੀ ਜ਼ਿਆਦਾ ਕਹਿ ਦਿੱਤਾ ਉਹਦਾ ਤੁਸੀਂ ਕਹਿੰਦੇ ਹੋ ਜੀ ਅਸੀਂ ਕੁੜੀਆਂ ਦੇ ਲਈ ਕੰਮ ਕਰਦੇ ਹਾਂ ਅਸੀਂ ਇਹ ਕਰਦੇ ਹਾਂ ਅੱਜ ਇੱਕ ਕੁੜੀ ਦੇ ਨਾਲ ਧੱਕਾ ਹੋ ਰਿਹਾ ਏ ਅੱਜ ਉਹਦੇ ਮੂੰਹ ਦੇ ਉੱਤੇ ਚਪੇੜ ਮਰ ਗਈ ਆ ਤੇ ਦੀ ਸ਼ਟਰਸ ਚੁੱਪ ਕਿਉਂ ਬੈਠਾ ਏ ਇਸ ਲਈ ਮੈਨੂੰ ਮਜਬੂਰੀ ਦੇ ਵਿੱਚ ਬੋਲਣਾ ਪੈ ਗਿਆ ਹੈ ਆਦਰਵਾਇਜ਼ ਮੈਂ ਇਸ ਮਸਲੇ ਦੇ ਉੱਤੇ ਬੋਲਣਾ ਨਹੀਂ ਸੀ ਚਾਹੁੰਦੀ ਪਰ ਤੁਸੀਂ ਮੈਨੂੰ ਮਜਬੂਰ ਕੀਤਾ ਮੈਂ ਵਾਰ-ਵਾਰ ਉਹੀ ਗੱਲ ਕਹਿ ਰਹੀ ਹਾਂ ਕਿ ਥੱਪੜ ਜੇਕਰ ਮਾਰਿਆ ਗਿਆ ਤੇ ਉਹ ਨਿੰਦਨਯੋਗ ਆ ਨਿੰਦਨਯੋਗ ਕਾਰਵਾਈ ਆ ਉਹਦੇ ਸੌਰਿਆਂ ਨੂੰ ਇਸ ਲਈ ਜਿਹੜਾ ਸਮਝ ਲੈਣਾ ਚਾਹੀਦਾ ਜੇਕਰ ਥੱਪੜ ਮਾਰ ਵੀ ਦਿੱਤਾ ਨਾ ਕਿਤੇ ਨਾ ਕਿਤੇ ਅਸੀਂ ਆਪਣੇ ਬੱਚੇ ਨੂੰ ਵੀ ਕਈ ਵਾਰੀ ਹੋ ਜਾਂਦਾ ਏ ਚਲੋ ਵੱਡੇ ਨੇ ਬਜ਼ੁਰਗ ਨੇ ਵੱਜ ਜਾਂਦਾ ਏ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਹੈਗੀ ਸਿਚੁਏਸ਼ਨ ਆ ਜਾਂਦੀ ਆ ਲੇਕਿਨ ਉਹ ਵੱਡੇ ਬਜ਼ੁਰਗਾਂ ਨੇ ਉਸ ਸਿਚੁਏਸ਼ਨ ਨੂੰ ਜਿਹੜਾ ਹੈਗਾ ਟੈਕਲ ਕਰਨਾ ਹੁੰਦਾ ਬੜੇ ਵਧੀਆ ਤਰੀਕੇ ਦੇ ਨਾਲ ਉਹ ਗੁਰਕੌਰ ਨੂੰ ਟੈਕਲ ਕਰ ਸਕਦੇ ਨੇ ਕਿਉਂਕਿ ਕਹਿੰਦੇ ਨੇ ਕਿ ਪਿਆਰ ਤਾਂ ਇੱਕ ਹੈ ਜੀ ਐਸੀ ਚੀਜ਼ ਆ ਅਜਿਹੀ ਚੀਜ਼ ਆ ਜਦੋਂ ਕਿਸੇ ਨੂੰ ਤੁਸੀਂ ਕਿੰਨਾ ਵੀ ਤੁਹਾਡੀ ਲੜਾਈ ਚੱਲ ਰਹੀ ਹੋਵੇ ਨਾ ਜਾ ਕੇ ਪਿਆਰ ਦੇ ਦੋ ਸ਼ਬਦ ਬੋਲ ਦਿਓ ਸਾਰੀਆਂ ਚੀਜ਼ਾਂ ਹੱਲ ਹੋ ਜਾਂਦੀਆਂ ਨੇ ਹਰਦੀਪ ਮੈਮ ਜਿਹੜੀ ਗੱਲ ਕਰ ਲਈ ਕਿ ਲੋਕ ਗਾਇਕ ਹੈ ਸੁਖੀ ਬਰਾੜ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇੱਕ ਇੰਟਰਵਿਊ ਆਇਆ ਉਹਨਾਂ ਨੇ ਕਿਹਾ ਕਿ ਜਿਹੜੀ ਔਰਤਾਂ ਨੇ ਉਹ ਮਰਦ ਦੇ ਬਰਾਬਰ ਕਦੇ ਨਹੀਂ ਹੋ ਸਕਦੀਆਂ ਕੀ ਕਹਿਣਾ ਚਾਹੋਗੇ ਤੁਸੀਂ ਉਹਦੇ ਬਾਰੇ ਸੋਨੂ ਪਹਿਲਾਂ ਤਾਂ ਮੈਨੂੰ ਤੁਹਾਡੀ ਸਵਾਲ ਤੇ ਹੀ ਉਹ ਆ ਰਹੀ ਹੈ ਵੈਸੇ ਔਰਤਾਂ ਨਹੀਂ ਹੋਣਾ ਵੀ ਕਿਉਂ ਆ ਮਰਦਾਂ ਦੇ ਬਰਾਬਰ ਅਸੀਂ ਤਾਂ ਆਪਣੇ ਆਪ ਨੂੰ ਮਰਦਾਂ ਤੋਂ ਕਿਤੇ ਜ਼ਿਆਦਾ ਉੱਪਰ ਲੈ ਕੇ ਚਲਦੇ ਹਾਂ ਹਨਾ ਕਿਉਂਕਿ ਜਿਹੜੀ ਸ਼ਕਤੀ ਉਸ ਪਰਮਪਿਤਾ ਵਾਹਿਗੁਰੂ ਨੇ ਸਾਨੂੰ ਦਿੱਤੀ ਆ ਦੇਖੋ ਅਸੀਂ ਕਿਸੇ ਨੂੰ ਘੱਟ ਜਾਂ ਵੱਧ ਕਿਉਂ ਆंकਣਾ ਮਰਦ ਦਾ ਇੱਕ ਆਪਣਾ ਰੁਤਬਾ ਏ ਔਰਤ ਦਾ ਇੱਕ ਆਪਣਾ ਰੁਤਬਾ ਏ ਮਰਦ ਦੇ ਲਈ ਪਰਮਾਤਮਾ ਨੇ ਕੁਝ ਹੋਰ ਮਾਪਦੰਡ ਬਣਾਏ ਨੇ ਔਰਤ ਦੇ ਲਈ ਕੁਝ ਹੋਰ ਮਾਪਦੰਡ ਬਣਾਏ ਨੇ ਜੋ ਔਰਤ ਕਰ ਸਕਦੀ ਆ ਕਰ ਸਕਦੀ ਆ ਉਹ ਆਦਮੀ ਕਰ ਸਕਦਾ ਨਹੀਂ ਕਰ ਸਕਦਾ ਹੁਣ ਔਰਤ ਦੀ ਇੱਕ ਅਸੀਂ ਗੱਲ ਕਰੀਏ ਸਰੀਰਕ ਜਿਹੜੀ ਬੰਤਰ ਆ ਪਰਮਪਿਤਾ ਪਰਮਾਤਮਾ ਨੇ ਉਹਨੂੰ ਦਿੱਤੀ ਹੈਗੀ ਕਿ ਔਰਤ ਹੀ ਬੱਚੇ ਨੂੰ ਜਿਹੜਾ ਹੈਗਾ ਜਨਮ ਦੇ ਸਕਦੀ ਆ ਮਰਦ ਨਹੀਂ ਦੇ ਸਕਦਾ ਹੈਨਾ ਫਿਰ ਮਰਦ ਵੀ ਔਰਤਾਂ ਦਾ ਮੁਕਾਬਲਾ ਤਾਂ ਨਹੀਂ ਨਾ ਕਰ ਸਕਦੇ ਹੈਗੇ ਜੇ ਅਸੀਂ ਇਹ ਗੱਲ ਕਹਿੰਦੇ ਆ ਕਿ ਔਰਤਾਂ ਮਰਦਾਂ ਦਾ ਨਹੀਂ ਕਰ ਸਕਦੀਆਂ ਦੋਹਾਂ ਹੀ ਧਿਰਾਂ একে ਦੂਜੇ ਦਾ ਮੁਕਾਬਲਾ ਅਖੀਰ ਕਰਨਾ ਹੀ ਕਿਉਂ ਆ ਮੈਨੂੰ ਲੱਗਦਾ ਇਹ ਕੋਈ ਵੱਡੀ ਉਹ ਨਹੀਂ ਹੈ ਇਹਦੇ ਬਹਿਸ ਦਾ ਕੋਈ ਜਿਹੜਾ ਹੈਗਾ ਮੁੱਦਾ ਨਹੀਂ ਹੈਗਾ ਕਿਸੇ ਨੇ ਵੀ ਕਿਸੇ ਵੀ ਧਿਰ ਨੇ ਆਪਣੇ ਆਪ ਨੂੰ ਦੂਜੇ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਨੀ ਹੀ ਕਿਉਂ ਆ ਕਿਉਂਕਿ ਹਰ ਇੱਕ ਦਾ ਆਪਣੇ ਕੰਮ ਨੇ ਤੇ ਹਰ ਇੱਕ ਨੂੰ ਜੋ ਪਰਮਪિતા ਨੇ ਜਿਹੜੀ ਡਿਊਟੀ ਦਿੱਤੀ ਉਸ ਤਰੀਕੇ ਨਾਲ ਚੱਲਣਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇੱਕ ਵੱਡਾ ਨਾਮ ਵੱਡਾ ਰੁਤਬਾ ਯਾਨੀ ਸੁਖੀ ਬਰਾੜ ਲੋਕ ਗਾਇਕਾ ਬਹੁਤ ਵੱਡਾ ਨਾਮ ਹੈ ਠੀਕ ਹੈ ਨਾ ਜੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਮੂੰਹੋਂ ਇਹ ਗੱਲ ਕਰਨੀ ਫੱਬਦੀ ਹੈ ਕਿ 2-2000 ਰੁਪਏ ਦੇ ਵਿੱਚ ਜਿਹੜੀ ਅੱਜ ਵੱਡੀ ਸਿੰਗਰਾ ਬਣੀਆਂ ਫਿਰਦੀਆਂ ਨੇ ਉਹ ਮੇਰੇ ਕੋਲ ੱੱਕੇ ਹੀ ਖਾਂਦੀਆਂ ਤੁਹਾਨੂੰ ਕੀ ਲੱਗਦਾ ਕਿ ਜਿਸ ਸਮੇਂ ਬੰਦਾ ਚਾਹੇ ਜਿਸ ਪੋਜੀਸ਼ਨ ਤੇ ਵੀ ਹੈ ਜਾਂ ਜਿੱਥੇ ਵੀ ਚਲਿਆ ਜਾਵੇ ਆਪਣੀ ਹੀ ਉਸਦੇ ਵਿੱਚ ਫੀਲਡ ਦੇ ਵਿੱਚ ਦੂਜੇ ਨੂੰ ਮਾੜਾ ਕਹਿਣਾ ਕਿ ਆ ਚੰਗਾ ਲੱਗਦਾ ਔਰ ਇੰਨੇ ਹੋਏ ਮੰਜੇ ਹੋਏ ਕਲਾਕਾਰ ਦਾ ਦੇਖੋ ਸੁਖੀ ਬਰਾੜ ਜੀ ਜਿਹੜੇ ਨੇ ਮੇਰੇ ਨਾਲ ਹੂਮਰ ਦੇ ਵਿੱਚ ਪਹੁੰਚ ਜਾਦਾ ਵੱਡੇ ਨੇ ਸਤਿਕਾਰਯੋਗ ਨੇ ਤੇ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਸਤਿਕਾਰ ਦੇ ਨਾਲ ਉਹਨਾਂ ਦੇ ਬਾਰੇ ਇੱਕ ਤਾਂ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਦੇਖੋ ਕੋਈ ਵੀ ਇਨਸਾਨ ਆ ਸੋਨੂੰ ਅਸੀਂ ਆ ਅਸੀਂ ਵੀ ਜਿਹੜਾ ਹੈਗਾ ਜ਼ੀਰੋ ਤੋਂ ਸ਼ੁਰੂ ਕੀਤਾ ਸੀ ਤਾਂ ਅੱਜ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਜਾਂ ਫਿਰ ਮੈਂ ਗੱਲ ਕਹਿ ਦਵਾਂ ਸਮਾਸੀਵਾਦੀ ਖੇਤਰ ਦੇ ਵਿੱਚ ਇੱਕ ਜਿਹੜਾ ਹੈਗਾ ਅਸੀਂ ਉਸ ਤਰੀਕੇ ਨਾਲ ਉਸ ਮੁਕਾਮ ਤੱਕ ਜਿਹੜਾ ਹੈਗਾ ਪਹੁੰਚੇ ਆ ਕੋਈ ਵੀ ਬੰਦਾ ਆਪਣੀ ਮਾਂ ਦੀ ਪੇਟ ਦੇ ਵਿੱਚੋਂ ਹੀ ਜੰਮਦਾ ਜਿਹੜਾ ਮਸ਼ਹੂਰ ਨਹੀਂ ਹੁੰਦਾ ਸੁਖੀ ਬਰਾੜਵੀ ਜਦੋਂ ਚੱਲੇ ਹੋਣਗੇ ਮੈਡਮ ਤਾਂ ਉਹਨਾਂ ਨੂੰ ਵੀ ਇੱਕ ਦਿਨ ਦੇ ਵਿੱਚ ਜਿਹੜੀ ਹੈਗੀ ਸ਼ੋਹਰਤ ਨਹੀਂ ਮਿਲੀ ਹੋਣੀ ਉਹਨਾਂ ਨੇ ਵੀ ਲਗਾਤਾਰ ਉਹਦੇ ਲਈ ਜਿਹੜੀ ਹੈਗੀ ਮਿਹਨਤ ਕੀਤੀ ਹੋਣੀ ਆ ਹੁਣ ਜੇਕਰ ਕਿਸੇ ਵੀ ਕੁੜੀ ਲਈ ਜੇਕਰ ਉਹਨਾਂ ਨੇ ਇਹ ਸ਼ਬਦਾਵਲੀ ਬੋਲੀ ਹੈ ਕਿ 2-2000 ਰੁਪਏ ਦੇ ਵਿੱਚ ਮੇਰੇ ਕੋਲ ਧੱਕੇ ਖਾਂਦੀਆਂ ਸੀ ਤਾਂ ਮੈਨੂੰ ਲੱਗਦਾ ਇਹ ਕੋਈ ਚੰਗੀ ਗੱਲ ਨਹੀਂ ਆ ਕਿਤੇ ਨਾ ਕਿਤੇ ਇਹ ਇਨਸਾਨੀ ਜਿਹੜੀ ਹੈਗੀ ਫਿਤਰਤ ਵੀ ਆ ਕਿ ਇਨਸਾਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਮੈਂ ਇਹ ਤਾਂ ਨਹੀਂ ਕਹਿੰਦੀ ਚਲੋ ਵੀ ਉਹਨਾਂ ਦੇ ਵਿੱਚ ਹੰਕਾਰ ਆਇਆ ਪਰ ਮੈਨੂੰ ਸਮਝ ਨਹੀਂ ਲੱਗੀ ਕਿ ਆਖਿਰਕਾਰ ਉਹਨਾਂ ਦੇ ਵੱਲੋਂ ਅਜਈ ਜਿਹੜੀ ਆ ਇਹ ਸ਼ਬਦਾਵਲੀ ਕੁੜੀਆਂ ਦੇ ਲਈ ਕਿਉਂ ਜਿਹੜੀ ਦਿੱਤੀ ਗਈ ਆ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਸੁਖੀ ਬਰਾੜ ਜੀ ਤਾਂ ਮੈਡਮ ਨੇ ਵੀ ਕਦੇ ਜਿਹੜਾ ਹੈਗਾ ਸਿੱਧਾ ਹੀ ਲੱਖਾਂ ਰੁਪਏ ਤੋਂ ਨਹੀਂ ਸ਼ੁਰੂਆਤ ਕੀਤੀ ਹੋਣੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਹਜ਼ਾਰ ਰੁਪਏ ਤੋਂ ਜਿਹੜੀ ਸ਼ੁਰੂਆਤ ਕੀਤੀ ਹੋਣੀ ਆ ਤੇ ਹਰ ਇੱਕ ਇਨਸਾਨ ਜਿਹੜਾ ਹੈਗਾ ਜ਼ੀਰੋ ਤੋਂ ਆਪਣਾ ਜਿਹੜਾ ਹੈਗਾ ਸਫ਼ਰ ਸ਼ੁਰੂ ਕਰਦਾ ਹੈ ਤਾਂ ਫਿਰ ਕਿਤੇ ਜਿਹੜਾ ਮੁਕਾਮ ਤੇ ਪਹੁੰਚਦਾ ਏ ਤੇ ਫਿਰ ਕਿਸੇ ਦੇ ਬਾਰੇ ਅਜਈ ਸ਼ਬਦਾਵਲੀ ਚਾਹੇ ਸੁਨੰਦ ਦਾ ਸ਼ਰਮਾਏ ਚਾਹੇ ਕੋਈ ਹੋਰ ਐਕਟਰ ਨੇ ਉਹਨਾਂ ਦੇ ਬਾਰੇ ਅਜਈ ਸ਼ਬਦਾਵਲੀ ਬੋਲਣੀ ਕਿ ਮੇਰੇ ਕੋਲ 2-2000 ਰੁਪਏ ਦੇ ਵਿੱਚ ਧੱਕੇ ਖਾਂਦੇ ਸੀ ਮੈਨੂੰ ਥੋੜੀ ਚੰਗੀ ਨਹੀਂ ਲੱਗੀ ਮੇਰਾ ਸਵਾਲ ਆਗਲਾ ਇਹੀ ਸੀ ਕਿ ਉਹਨਾਂ ਨੇ ਬੁਲਟ ਵਾਲੀ ਕੁੜੀ ਸੁਨੰਦ ਦਾ ਸ਼ਰਮਾ ਨੂੰ ਕਿਹਾ ਸੀ ਸੋ ਤੁਸੀਂ ਆਪਣੇ ਮੂੰਹੋਂ ਹੀ ਕਹਿ ਦਿੱਤਾ ਦੇਖੋ ਸੋਨੂੰ ਇਥੇ ਫੇਰ ਮੈਂ ਇੱਕ ਵਾਰ ਫੇਰ ਸੁਖੀ ਬਰਾੜਜੀ ਦੇ ਬਾਰੇ ਗੱਲ ਕਰ ਦਵਾਂ ਕਿ ਸਾੜੇ ਬੋਰ ਜਿਆਦਾ ਸਤਕਾਰਯੋਗ ਨੇ ਇੱਕ ਵੱਡਾ ਜਿਹੜਾ ਉਹਨਾਂ ਨੇ ਮੁਕਾਮ ਪ੍ਰਾਪਤ ਕੀਤਾ ਏ ਉਹਦੇ ਲਈ ਜਿਹੜਾ ਹੈਗਾ ਸਜਦਾ ਕਰਨਾ ਪੈਂਦਾ ਏ ਪਰ ਉਮਰ ਦੇ ਇਸ ਪੜਾ ਦੇ ਵਿੱਚ ਆ ਕੇ ਉਹ ਇਸ ਤਰੀਕੇ ਦੀਆਂ ਜਿਹੜੀਆਂ ਆਪਣੀਆਂ ਕਿਉਂ ਜਿਹੜੀ ਹੈਗੀਆਂ ਨੇ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਜੇਕਰ ਤਾਂ ਸੁਨੰਦਾ ਸ਼ਰਮਾ ਬੁਲੇਟ ਤੇ ਪਟਾਕਿਆਂ ਦੀ ਗੱਲ ਕਰਦੀ ਆ ਕਿ ਬੁਲੇਟ ਤਾਂ ਰੱਖਿਆ ਹੈ ਪਟਾਕੇ ਪਾਉਣ ਨੂੰ ਤਾਂ ਸੁਨੰਦਾ ਸ਼ਰਮਾ ਨੂੰ ਤੁਸੀਂ ਜਿਹੜਾ ਨਿੰਦਦੇ ਹੋ ਬੁਰਾ ਭਲਾ ਕਹਿੰਦੇ ਹੋ ਤੇ ਜਦੋਂ ਜਾਜੀਬੀ ਦੀ ਗੱਲ ਆਂਦੀ ਆ ਜਾਜੀਬੀ ਕਹਿੰਦਾ ਹੈਗਾ ਟੋਰਸ਼ ਕੀਨਾ ਦੀ ਤੂੰ ਕੀ ਜਾਣਦੀ ਭੇਡੇ ਉੱਥੇ ਤੁਸੀਂ ਜਾਜੀਬੀ ਦੀ ਪੈਰਵਾਈ ਕਰਨ ਦੇ ਲਈ ਆ ਜਾਂਦੇ ਉਹਦੇ ਹੱਕ ਦੇ ਵਿੱਚ ਖੜੇ ਹੋ ਜਾਂਦੇ ਹੋ ਮੈਂ ਮੰਨ ਲੈਂਨੀ ਆ ਜੀ ਤੁਸੀਂ ਪੀ ਐਚ ਡੀ ਕੀਤੀ ਆ ਸੱਭਿਆਚਾਰ ਦੇ ਉੱਤੇ ਤੁਹਾਨੂੰ ਸੱਭਿਆਚਾਰ ਦੀ ਬਹੁਤ ਜ਼ਿਆਦਾ ਨੋਲੇਜ ਆ ਪਰ ਜੇਕਰ ਅਸੀਂ ਆਪਣੀਆਂ ਕੁਝ ਇੱਕ ਚੀਜ਼ਾਂ ਦੇ ਲਈ ਆਪਣੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਆ ਗਿਆ ਚੇਂਜਸ ਕਰ ਸਕਦੇ ਹਾਂ ਸੌਦਾ ਕਰ ਸਕਦੇ ਹਾਂ ਤਾਂ ਫਿਰ ਮੈਨੂੰ ਲੱਗਦਾ ਇੰਨਾਂ ਚੀਜ਼ਾਂ ਦੇ ਵਿੱਚ ਵੀ ਤਾਂ ਸੌਦ ਹੋਣੀ ਚਾਹੀਦੀ ਹੈ ਨਾ ਕਿ ਜੇਕਰ ਕੋਈ ਕਿਸੇ ਨੂੰ ਜਿਹੜਾ ਹੈਗਾ ਚਾਹੇ ਸਾਡੀ ਲੋਕ ਬੋਲੀ ਆ ਮੰਦੀਆਂ ਜੀ ਮੈਂ ਵੀ ਸੁਣੀਆਂ ਨੇ ਲੋਕ ਬੋਲੀਆਂ ਪੈਂਦੀਆਂ ਰਹੀਆਂ ਨੇ ਪਰ ਉਹ ਸਮੇਂ ਕੁਝ ਹੋਰ ਸੀ ਜਦੋਂ ਲੋਕ ਬੋਲੀਆਂ ਪੈਂਦੀਆਂ ਹੁੰਦੀਆਂ ਸੀ ਅੱਜ ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮ ਇੱਕ ਇੰਨਾ ਜ਼ਿਆਦਾ ਵਾਈਡ ਹੋ ਚੁੱਕਿਆ ਉਹਦਾ ਵਿਸ਼ਾਲ ਏਡਾ ਘੇਰਾ ਹੋ ਚੁੱਕਿਆ ਕਿ ਹਰ ਕੋ ਹਰ ਕਿਸੇ ਦੇ ਕੋਲ ਜਿਹੜੀ ਹੈਗੀ ਉਹ ਗੱਲ ਜਾਂਦੀ ਆ ਤੇ ਇਹੀ ਗੱਲ ਜਦੋਂ ਸਾਡੇ ਪੰਜਾਬ ਦੀ ਕਿਸੇ ਦੂਸਰੇ ਕੰਟਰੀ ਦੇ ਵਿੱਚ ਸੁਣਨ ਨੂੰ ਮਿਲਦੀ ਹੈ ਤੇ ਉਹ ਫਿਰ ਸਾਡੇ ਲਈ ਕੀ ਸ਼ਬਦਾਵਲੀ ਇਸਤੇਮਾਲ ਕਰਨਗੇ ਕਿ ਇਹ ਤਾਂ ਆਪਣੀਆਂ ਕੁੜੀਆਂ ਨੂੰ ਹੀ ਜਿਹੜਾ ਹੈਗਾ ਆਪਣੀਆਂ ਘਰ ਦੀਆਂ ਧੀਆਂ ਭੈਣਾਂ ਨੂੰ ਜਿਹੜਾ ਭੇਡਾ ਕਹਿ ਕੇ ਬੁਲਾਈ ਜਾਂਦੇ ਨੇ ਜਦੋਂ ਇੱਕ ਪਰਿਵਾਰ ਦੇ ਵਿੱਚ ਉਹ ਜਿਹੜਾ ਗੀਤ ਚੱਲੂ ਸੋ ਬਾਕੀ ਸਮਾਜ ਆ ਦੀ ਹਰ ਤਰ੍ਹਾਂ ਦੇ ਜਿਹੜੇ ਨੇ ਲੋਕ ਹੈਗੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਤੇ ਉਹ ਜਿਹੜਾ ਹੈਗਾ ਉਸ ਕੰਮ ਨੂੰ ਜਿਹੜਾ ਹੈਗਾ ਅਸੀਂ ਸਜਦਾ ਵੀ ਕਰਦੇ ਹਾਂ ਸਤਿਕਾਰ ਵੀ ਕਰਦੇ ਹਾਂ ਪਰ ਕਹਿੰਦੇ ਨੇ ਸ਼ਾਇਦ ਉਮਰ ਦਾ ਦੌਰ ਇਸ ਆਏਗਾ ਕਿ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਜਾਂਦਾ ਅਦੀ ਮੈਮ ਲਾਸਟ ਸਵਾਲ ਲੇਵਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਪਟਾਕੇ ਪਾਣ ਦੀ ਸੁਨੰਦਾ ਸ਼ਰਮਾ ਬਾਰੇ ਉਹਨਾਂ ਨੇ ਇਹ ਗੱਲ ਆਖੀ ਸੀ ਕਹਿੰਦੇ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਣ ਨੂੰ ਪਰ ਜੇ ਸਟੇਜ ਤੇ 2 ਘੰਟੇ ਖੜਾ ਦਈਏ ਤਾਂ ਇਹਨਾਂ ਦੇ ਪਟਾਕੇ ਬੋਲ ਜਾਣਗੇ ਯਾਨੀ ਲਾਈਵ ਨਹੀਂ ਗਾ ਸਕਦੇ ਯਾਨੀ ਤੁਸੀਂ ਕਹਿੰਦੇ ਹੋ ਕਿ ਇਹਦੇ ਚ ਹੰਕਾਰ ਹੰਕਾਰ ਦੇਖਦੇ ਹੋ ਨਹੀਂ 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 ਸੁਣੋ ਸੁਣੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜੈਜੀ ਵੀ ਨੂੰ ਤੁਸੀਂ ਸਲਾਉਂਦੇ ਹੋ ਉਹਦੀ ਕਲਾਕਾਰੀ ਦੇ ਲਈ ਠੀਕ ਹੈ ਉਹਦਾ ਜਿਹੜਾ ਹੈਗਾ ਬਤੌਰ ਕਲਾਕਾਰ ਉਹਦਾ ਗਲਾ ਜਿਹੜਾ ਹੈਗਾ ਬਹੁਤ ਅੱਛਾ ਹੈ ਬਹੁਤ ਵਧੀਆ ਗੁੰਦਾ ਹੈ ਲekin ਜਿਹੜੀ ਉਹ ਦੀ ਸ਼ਬਦਾਵਲੀ ਤੇ ਤਾਂ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਇਤਰਾਜ਼ ਕਰਨਾ ਚਾਹੀਦਾ ਸੀ ਫਿਰ ਤਾਂ ਇਹ ਉਹੀ ਗੱਲ ਆ ਗਈ ਇਹਨੇ ਕਿ ਜਿਵੇਂ ਅਸੀਂ ਪਹਿਲੇ ਵੀ ਸਮਿਆਂ ਦੇ ਵਿੱਚ ਕਹਿੰਦੇ ਰਹੇ ਹਾਂ ਤੇ ਅੱਜ ਵੀ ਕਹਿੰਦੇ ਰਹੇ ਹਾਂ ਕਿ ਧੀ ਤੇ ਪੁੱਤ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜਾ ਹੈਗਾ ਅਸੀਂ ਭੇਦਭਾਵ ਕਰਦੇ ਹਾਂ ਜਾਨੀ ਕਿ ਪੁੱਤ ਦੇ ਲਈ ਜੈਜੀ ਵੀ ਦੇ ਲਈ ਤੁਹਾਡੀ ਜਿਹੜੀ ਹੈਗੀ ਜਿਹੜੇ ਤੁਹਾਡੀ ਸ਼ਬਦਾਵਲੀ ਕੁਝ ਹੋਰ ਆ ਤੇ ਸੁਨੰਦਾ ਸ਼ਰਮਾ ਦੇ ਲਈ ਤੁਹਾਡੀ ਸ਼ਬਦਾਵਲੀ ਕੁਝ ਹੋਰ ਹੈ ਸੋ ਧੰਨਵਾਦ ਤੁਸੀਂ ਇਹਨਾਂ ਸਮਾਂ ਦਿੱਤਾ ਸੋ ਥੈਂਕ ਯੂ ਜੀ ਸੋ ਇਹ ਸੀ ਜੀ ਆਪਣੇ ਨਾਲ ਹਰਦੀਪ ਕੌਰ ਬਿਰਕ ਜੋ ਅਕਸਰ ਹੀ ਸੱਚ ਦੇ ਲਈ ਖੜਦੇ ਨੇ ਔਰਤਾਂ ਦੇ ਲਈ ਖੜਦੇ ਨੇ ਹਮੇਸ਼ਾ ਹੀ ਸਮਾਜ ਦੇ ਵਿੱਚ ਚੰਗਾ ਮੈਸੇਜ ਦਿੰਦੇ ਨੇ ਆ ਸੀਨੀਅਰ ਪੱਤਰਕਾਰ ਨੇ ਔਰ तमाम ਗੱਲਾਂ ਬਾਤਾਂ ਕੀਤੀਆਂ ਆਪਾਂ ਨੇ ਸਮਾਜ ਦੇ ਵਿੱਚ ਜੋ ਵੀ ਅੱਜ ਚੱਲ ਰਿਹਾ ਹੈ ਉਹਦੇ ਬਾਰੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਸਾਂਝੇ ਕਰਨਾ ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰਿਆ ਦੇ ਨਾਲ ਸੋ ਨੂੰ ਜਾਂਚਲਾ ਦੀ ਰਿਪੋਰਟ ਚੰਡੀਗੜ੍ਹ